ਅਸਲਾਮ ਵਾਲੇਕੁਮ ਨਾਜ਼ਰੀਨ ਮੈਂ ਤੁਹਾਡੀ ਹੋਸਟ ਅਨਮ ਸ਼ਾਕਤ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਣੇ ਹੋ ਮਤਲਬ ਸਰਦੀ ਬਹੁਤ ਜ਼ਿਆਦਾ ਹੈ ਤੇ ਕੇਅਰ ਕਰਨੀ ਚਾਹੀਦੀ ਸਰਦੀ ਤੋਂ ਤੇ ਦੂਸਰੇ ਨੰਬਰ ਤੇ ਸਾਰੇ ਸੱڈنਲੀ ਇਹ ਸੋਚਦੇ ਹੁਣ ਇਹਨੇ ਕਿ ਮੈਂ ਕਿਵੇਂ ਅਚਾਨਕ ਇੰਨੇ ਟਾਈਮ ਬਾਦੋਂ ਲਾਈਫ ਇਸ ਮਤਲਬ ਕਿ ਨਾ ਬਹੁਤ ਜ਼ਿਆੜੀਆਂ ਜ਼ਿਆਦਾ ਨਾ ਮਸਰੂਫੀਅਤਾਂ ਪਰੇਸ਼ਾਨੀਆਂ ਮਤਲਬ ਇਹ ਨਾ ਬਹੁਤ ਚੱਲਦਾ ਹੈ ਤੇ ਦੂਸਰੇ ਨੰਬਰ ਤੇ ਤਨਪਤ ਹੈ ਕਿ ਕਰੋਨਾ ਆ ਗਿਆ ਸੀ ਤੇ ਕਰੋਨਾ ਨੇ ਤਾਂ ਫਿਰ ਫੜ ਕੇ ਸਾਰੀ ਆਵਾਮ ਦਾ ਹੀ ਬੇੜਾ ਤਾਰਿਆ ਅਸੀਂ ਵੀ ਫਿਰ ਵਿੱਚ ਆਵਾਮ ਦਾ ਹੀ ਸੀ ਸਾਡਾ ਵੀ ਨਾ ਰਹੀ ਤਰ ਗਿਆ ਨਹੀਂ ਮਤਲਬ ਹੈ ਕਿ ਮਸਰੂਫੀਅਤ ਕੋਸ਼ਿਸ ਤਰ੍ਹਾਂ ਦੀਆਂ ਹੋ ਗਈਆਂ ਸੀ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਪਰੇਸ਼ਾਨ ਕੀਤਾ ਥੋੜਾ ਡਿਸਆਰਡ ਕੀਤਾ ਕਿ ਜ਼ਾਇਰੀ ਸੀ ਬਾਤ ਹੈ ਕਿ اتنا acha ਰਿਲੇਸ਼ਨ ਬਣ ਗਿਆ ਤੇ ਫਿਰ ਅਚਾਨਕ ਛੋੜ ਦੇਣਾ ਨਾ ਕੁਝ ਦੱਸਿਆ ਨਾ ਕੁਝ ਪੁੱਛਿਆ ਤੇ ਇਸ ਤਰ੍ਹਾਂ ਨਾ ਸਹੀ ਨਹੀਂ ਹੁੰਦਾ ਮੈਂ ਸਾਰਿਆਂ ਤੋਂ ਪਹਿਲੇ ਤੇ ਮਾਫ਼ਰ ਚਾਹਨੀ ਆ ਕਿ ਤੁਸੀਂ ਸਾਰੇ ਮੇਰੇ ਤੋਂ ਬਹੁਤ ਹੀ ਬਹੁਤ ਜ਼ਿਆਦਾ ਨਾਰਾਜ਼ ਹੋਣਿਆ ਤੇ ਮਿਹਰਬਾਨੀ ਕਰਕੇ ਛੋਟੀ ਜਿਹੀ ਗਲਤੀ ਸਮਝ ਕੇ ਮਾਫ਼ ਕਰ ਦਿਓ ਤੇ ਨੈਕਸਟ ਇਨਸ਼ਾਅੱਲਾ ਐਸਾ ਨਹੀਂ ਹੋਵੇਗਾ ਮੈਂ ਤੁਹਾਡੇ ਨਾਲ ਬਿਲਕੁਲ ਪ੍ਰੋਪਰ ਤਰੀਕੇ ਤੇ ਚੱਲਾਂਗੀ ਤੇ ਤੁਸੀਂ ਵੀ ਮੇਰੇ ਨਾਲ جو آ گئے جو پہلے نے جو ਆ ਰਹੇ ਨੇ سارے واسطے मोस्ट वेलकम मोस्ट वेलकम ਤੁਸੀਂ ਆਓ ਤੇ ਨਾਲ ਮੈਨੂੰ ਮਤਲਬ ਮੈਨੂੰ ਵੇਖੋ ਮੇਰੇ ਨਾਲ ਦੂਸਰਾ ਤੁਸੀਂ ਵੇਖੋ ਕਿ ਮੈਂ ਤੁਹਾਨੂੰ ਗਾਉਂਦੀਆਂ ਜਿਹੜੀਆਂ ਚੀਜ਼ਾਂ ਨਾਲ ਇੰਟਰੋਡਕਸ਼ਨ ਕਰवानी ਆ ਮਸਰੂਫੀਅਤ ਜ਼ਾਹਰੀ سی ਬਾਤ ਹੈ ਕਿ ਹਰ ਇੱਕ ਬੰਦੇ ਦੀ ਲਾਈਫ ਵਿੱਚ ਹਰ ਇੱਕ ਬੰਦੇ ਦੀ ਲਾਈਫ ਵਿੱਚ ਮਸਰੂਫੀਅਤ ਨੇ ਕੋਲ ਕਿਸੇ ਤਰੀਕੇ ਨਾਲ ਮਸਰੂਫ ਹੈ ਕੋਈ ਕਿਸੇ ਹਰ ਇੱਕ ਬੰਦਾ ਬਿਜ਼ੀ ਹੈ ਤੇ ਮੈਂ ਵੀ ਬਿਜ਼ੀ ਹੋ ਗਈ ਸੀ ਕੁਝ ਮੈਂ ਮੇਰੀ ਜ਼ਾਹਰੀ سی ਬਾਤ ਹੈ ਇਨਸਾਨ ਆ ਕੇ ਮੇਰੀ ਵੀ ਨਾ ਥੋੜੀ ਸਿਹਤ ਖਰਾਬ ਹੋ ਉਸ ਥੋੜੀ ਨਹੀਂ ਢੇਰ ساری ਹੋ ਗਈ ਸਿਹਤ ਖਰਾਬ ਹੋ ਗਈ ਦੂਸਰੇ ਨੰਬਰ ਤੇ ਐਗਜ਼ਾਮ ਜਿਹੜੇ ਨੇ ਉਹ ਸਟਾਰਟ ਹੋ ਗਏ ਤੇ ਬਸ ਉਹਨਾਂ ਵਿੱਚ ਮੈਂ ਇਹ ਬਿਲਕੁਲ ਹੀ ਜਿਵੇਂ ਨਾ ਮੈਨੂੰ ਐਕਸਾਈਟ ਤੇ ਕਰ ਦਿੱਤਾ ਮੈਨੂੰ ਉਮੀਦ ਸੀ ਕਿ ਤੁਸੀਂ ਨਾਰਾਜ਼ ਨਹੀਂ ਹੋਵੋਗੇ ਹਲੇ ਵੀ ਉਮੀਦ ਹੈ ਕਿ ਤੁਸੀਂ ਨਾਰਾਜ਼ ਹੋ ਵੀ ਤੇ ਤੁਸੀਂ ਠੀਕ ਹੋ ਜਾਓਗੇ ਮੈਂ ਨਾਰਾਜ਼ੀ ਹੋ ਜਾਓਗੇ ਮਸਰੂਫ ਯਾਦ ਜਿਹੜੀਆਂ ਹੁੰਦੀਆਂ ਨੇ ਨਾ ਉਹ ਬੰਦੇ ਦੀ ਨਾ ਕਮਰ ਤੋੜ ਦਿੰਦੀਆਂ ਨੇ ਇਤਨੀਆਂ ਜ਼ਿਆਦਾ ਹੋ ਜਾਂਦੀਆਂ ਨੇ ਅੱਜ ਕੱਲ ਤੇ ਲਾਈਫ ਵਿੱਚ ਛੋਟਾ ਬੱਚਾ ਵੀ ਹੈ ਨਾ ਤਾਂ ਉਹ ਵੀ ਮਸਰੂਫ ਹੈ ਤੇ ਹੁਣ ਫਿਲਹਾਲ ਮਤਲਬ ਕਿ ਮੈਂ ਜ਼ਾਹਰੀ ਸੀ ਬਾਤ ਹੈ ਇਤਨਾ ਨਾਰਾਜ਼ ਨਹੀਂ ਰੱਖਣਾ ਚਾਹੀਦਾ ਅੱਲਾਹ ਤਾਲਾ ਵੀ ਫਰਮਾਉਂਦੇ ਨੇ ਕਿ ਅਗਰ ਤੋ ਤੁਸੀਂ ਤੁਹਾਨੂੰ ਕੋਈ ਬੰਦਾ ਨਹੀਂ ਨਾ ਮਾਫ ਕਰੇ ਤਾਂ ਉਹਨਾਂ ਟਾਈਮ ਤੱਕ ਮੈਂ ਵੀ ਨਹੀਂ ਮਾਫ ਕਰਨਾ ਤੇ ਤੁਸੀਂ ਮਿਹਰਬਾਨੀ ਕਰਕੇ ਮੈਨੂੰ ਮਾਫ ਕਰਿਆ ਜੇ ਤਾਂ ਕਿ ਕਿਆਮਤ ਦੇ ਰੋਜ਼ ਮੈਂ ਤੁਹਾਡੀ ਵਜ੍ਹਾ ਤੋਂ ਨਾ ਨਹੀਂ ਵੈਸੇ ਤੇ ਕੋਈ ਨਹੀਂ ਦੂਸਰਾ ਇੱਕ ਨੰਬਰ ਤੇ ਤੇ ਮੈਂ ਬਿਜ਼ੀ ਹੋ ਗਈ ਸੀ ਮੈਂ ਬਿਮਾਰ ਹੋ ਗਈ ਬਹੁਤ ਜ਼ਿਆਦਾ ਹੋ ਗਈ ਸੀ ਬਸ ਸ਼ੁਕਰ ਅਲਹਮਦੁਲਿਲਾ ਅੱਲਾ ਨੇ ਸੇਧ ਦਿੱਤੀ ਤੇ ਦੂਸਰੇ ਨੰਬਰ ਤੇ ਫਿਰ ਮੈਂ ਸਟੱਡੀ ਜਾਰੀ ਰੱਖੀ ਸਟੱਡੀ ਇਸ ਤਰ੍ਹਾਂ ਜਾਰੀ ਕੀਤੀ ਕਿ ਐਗਜ਼ਾਮਸ ਸ਼ੁਰੂ ਹੋ ਗਏ ਸੀ ਲੇਕਿਨ ਉਹ ਕਰੋਨਾ ਸੀ ਇਤਨੇ ਜ਼ਿਆਦਾ ਨਹੀਂ ਵੀ ਹੋਏ ਤੇ ਹੋਏ ਵੀ ਸੀ ਕਿਉਂਕਿ ਮੋਸਟਲੀ ਨਹੀਂ ਪੜਿਆ ਸਬਕ ਕੋਈ ਸਟੱਡੀ ਤੇ ਫੋਕਸ ਹੀ ਨਹੀਂ ਸੀ ਕੀਤਾ ਫਿਰ ਅਚਾਨਕ ਕਿੰਨਾ ਜ਼ਿਆਦਾ ਬਰਡਨ ਆ ਗਿਆ ਕਿ ਮੈਨੂੰ ਇਹ ਛੋੜਨਾ ਪੈ ਗਿਆ ਤੇ ਹੁਣ ਹੁਣ ਵੀ ਜਾ ਰਹੀ ਹਾਂ ਸਕੂਲ ਮਤਲਬ ਕਿ ਸਟਾਰਟ ਕੀਤੀ ਹੈ ਸਟੱਡੀ ਲੇਕਿਨ ਹੁਣ ਇਹ ਇੰਜ ਹੋਵੇਗਾ ਕਿ ਮੈਂ ਸੰਡੇ ਦੇ ਸੰਡੇ ਕੁਝ ਵੀਡੀਓਜ਼ ਬਣਾ ਲਾਂਗੇ ਬਣਾ ਲਿਆ ਕਰਾਂਗੇ ਤੇ ਡੇਲੀ ਵਾਈਜ਼ ਤੇ ਨਹੀਂ ਲੇਕਿਨ ਇਹ ਕਿ ਮੈਂ ਤੁਹਾਨੂੰ ਵੀ ਤੁਹਾਡੇ ਨਾਲ ਵੀ ਮਤਲਬ ਤੁਸੀਂ ਮੇਰੇ ਨਾਲ ਕੋਆਪਰੇਟ ਕਰੋ ਮੈਂ ਤੁਹਾਡੇ ਨਾਲ ਕਰਨੀ ਹੈ ਇਨਸ਼ਾਅੱਲਾ ਇੱਕ ਦਿਨ ਛੋੜ ਕੇ ਜਾਂ ਇੱਕ ਦਿਨ ਵਿੱਚ ਇੱਕ ਵੀਡੀਓ ਜ਼ਾਹਰੀ ਸੀ ਬਾਤ ਹੈ ਇਨਸਾਨ ਹੈ ਕਿ ਸਾਰਾ ਕੰਮ ਜਿਹੜਾ ਨਾ ਹੈਂਡਲ ਕਰਨਾ ਹੈ ਤੇ ਤੁਸੀਂ ਡੇਲੀ ਬੇਸ ਤੇ ਜਾਂ ਫਿਰ ਜਿਵੇਂ ਕਰਕੇ ਨਾ ਹੁਣ ਵੀਡੀਓ ਅਪਲੋਡ ਕਰਾ ਕਰਾਂਗੀ ਤੇ ਤੁਸੀਂ ਮਜ਼ੀਦ ਮੈਨੂੰ ਵੇਖਣਾ ਤੇ ਮਜ਼ੀਦ ਸ਼ੇਅਰ ਕਰਨਾ ਸਾਰਿਆਂ ਨਾਲ ਫੈਮਿਲੀ ਫਰੈਂਡਸ ਸਾਰਿਆਂ ਵਿੱਚ ਤਾਂ ਕਿ ਜਿਆਦਾ ਤੋਂ ਜਿਆਦਾ ਬੰਦਿਆਂ ਨੂੰ ਮਤਲਬ ਕਿ ਪਤਾ ਚੱਲੇ ਕਿ ਕੀ ਚੱਲ ਰਿਹਾ ਹੈ ਬਾਹਰ ਕੀ ਚੱਲ ਰਿਹਾ ਹੈ ਗਊਂਜ ਕੀ ਚੱਲ ਰਿਹਾ ਹੈ ਤੇ ਦੂਸਰੇ ਨੰਬਰ ਤੇ ਸ਼ੇਅਰ ਕਰਨਾ ਆਪਣੇ ਦੋਸਤਾਂ ਇੰਚ ਕਿਉਂਕਿ ਦੂਸਰੇ ਨੰਬਰ ਤੁਸੀਂ ਸੀਮੀ ਨੂੰ ਇਹ ਦੱਸਣਾ ਕਿ ਮੈਨੂੰ ऐसा कोई आईडिया या ਜਿਹੜਾ ਮੈਨੂੰ ਨਹੀਂ ਪਤਾ ਤੁਹਾਨੂੰ ਪਤਾ ਹੈ ਮੇਰੇ ਮਤਲਬ ਕਿਸੇ ਇੱਕ ਬੰਦੇ ਕਿਸੇ ਬੰਦੇ ਕਿਸੇ ਨੂੰ ਪਤਾ ਹੋਵੇ ਉਹ ਮੈਨੂੰ ਦੱਸੇ ਆਪਣੇ ਫੈਮਲੀ ਮਤਲਬ ਕਮੈਂਟ ਕਰੇ ਤਾਂ ਕਿ ਮੈਂ ਅੱਗੇ ਹੁੰਦੇ ਤਾਂ ਮਜ਼ੀਦ ਵੀਡੀਓ ਬਣਾਵਾਂ ਦੂਸਰੇ ਬੰਦਿਆਂ ਨੂੰ ਵੀ ਪਤਾ ਚੱਲੇ ਕਿ ਕੀ ਤੁਹਾਡੇ ਮਾਈਂਡ ਵਿੱਚ ਕੀ ਚੱਲ ਰਿਹਾ ਹੈ ਤੇ ਕੀ ਕਰਨਾ ਚਾਹੁੰਦੇ